ਕੀ ਨਾਮ ਹੈ ਤੁਹਾਡਾ ਜੀ ਮੇਰਾ ਵਿਕਾਸ ਸ਼ਰਮਾ ਜੀ ਕੀ ਮਾਮਲਾ ਹੈ ਤੁਸੀਂ ਹਸਪਤਾਲ ਚ ਆਏ ਹੋ ਮੇਰੇ ਭਰਾ ਦੀ ਡੈਥ ਹੋ ਗਈ ਡੈਥ ਨਹੀਂ ਹੋਈ ਉਹਦਾ ਕਤਲ ਹੋਇਆ ਜੀ ਕਿੱਦਾਂ ਉਹਦਾ ਸਾਡਾ ਰੋਲਾ ਚੱਲਦਾ ਸੀ ਪਲਾਟ ਦਾ ਅਜੀਤ ਨਗਰ ਦੇ ਵਿੱਚ ਪਲਾਟ ਆ ਸਾਡਾ ਪੰਜ ਮਰਲੇ ਦਾ ਜੇ ਚ ਪਾਓ ਉੱਥੇ ਕਬਜ਼ਾ ਕਰੀ ਬੈਠੇ ਸੀ ਅਸੀਂ ਪਹਿਲਾਂ ਪਿਆਰ ਨਾਲ ਜਾ ਕੇ ਸਮਝਾ ਕੇ ਆਉਂਦੇ ਰਹੇ ਮੰਮੀ ਵੀ ਗਏ ਮੈਂ ਵੀ ਗਏ ਛੋਟਾ ਵੀ ਗਿਆ ਜਾ ਕੇ ਸਮਝਾ ਕੇ ਆਉਂਦੇ ਰਹੇ ਅਸੀਂ ਸਾਡੇ ਸਾਹਮਣੇ ਕਹਿੰਦੇ ਵੀ ਹਾਂ ਅਸੀਂ ਕਰ ਦਿੰਦੇ ਖਾਲੀ ਹੁਣੇ ਕਰ ਦਿੰਦੇ ਅਸੀਂ ਕਹਿ ਕੇ ਵੀ ਆ ਬਈ ਤੁਸੀਂ ਖਾਲੀ ਕਰ ਦਿਓ ਵੀ ਅਸੀਂ ਮਕਾਨ ਪਾਉਣਾ ਉੱਥੇ ਖੜਾ ਕਰਨਾ ਵਾ ਸਾਡਾ ਪਲਾਟ ਆ ਖਾਲੀ ਉੱਥੇ ਪੰਜ ਮਰਲੇ ਦਾ ਅੱਜ ਉੱਥੇ ਕੋਈ ਵੀ ਨਹੀਂ ਗਿਆ ਅਸੀਂ ਪਹਿਲਾਂ ਗਏ ਸੀ ਦਸ ਦਿਨ ਪਹਿਲਾਂ ਮੈਂ ਅਤੇ ਮੰਮੀ ਜਾ ਕੇ ਆਏ ਹਾਂ ਉਹਨੂੰ ਕਹਿ ਕੇ ਆਏ ਉਹਨੂੰ ਬਈ ਤੁਸੀਂ ਖਾਲੀ ਕਰ ਦਿਓ ਅਸੀਂ ਮਕਾਨ ਪਾਉਣਾ ਉੱਥੇ ਉਹ ਕਹਿੰਦੇ ਅਸੀਂ ਕਰ ਦਿੰਦੇ ਹਾਂ ਉਹਨਾਂ ਨੇ ਉਦੋਂ ਉੱਥੇ ਖਾਲੀ ਕਰਤਾ ਮੁੜ ਕੇ ਬਾਅਦ 'ਚ ਮੇਰੇ ਭਰਾ ਨੂੰ ਸੀਗੀ ਅੱਜ ਛੁੱਟੀ ਉਹ ਕੰਮ ਕਰਦਾ ਸੀ ਵੈਲਡਿੰਗ ਦਾ ਉਹ ਉੱਥੇ ਨਾਈ ਦੀ ਦੁਕਾਨ 'ਤੇ ਗਿਆ ਸੀਗਾ ਬਾਅਦ 'ਚ ਪਤਾ ਨਹੀਂ ਕੀ ਗੱਲ ਉਹ ਉਦੋਂ ਘਰ ਆਉਣ ਲੱਗਾ ਹੁਣ ਦੁਕਾਨ 'ਚੋਂ ਬਾਹਰ ਨਿਕਲਿਆ ਉਹਨਾਂ ਨੇ ਉੱਥੋਂ ਦੱਸਦੇ ਬਈ 10-15 ਜਾਣੇ ਸੀਗੇ 10-12 ਜਾਣੇ ਉਹ ਹੀ ਪਾਊ ਸੀਗੇ ਜੀ ਜੇ ਇੱਕ ਦਾ ਹੀ ਨਾਂ ਸਾਨੂੰ ਪਤਾ ਮੀਤਾ ਨਾਂ ਉਹਦਾ ਕੀ ਮਾਰਿਆ ਕੀ ਉਹਨਾਂ ਦੇ ਇਹ ਤਾਂ ਜੀ ਮੈਂ ਉੱਥੇ ਮੌਕੇ 'ਤੇ ਹੈ ਨਹੀਂ ਸੀਗਾ ਉਹ ਸਲੂਨ ਦੀ ਦੁਕਾਨ ਸਾਨੂੰ ਤਾਂ ਮੁੜ ਕੇ ਬਾਅਦ 'ਚ ਫੋਨ ਆਇਆ ਜੀ ਵੀ ਆਹ ਗੱਲਬਾਤ ਹੋਈ ਆ ਸੱਟ ਕਿੱਥੇ ਵੱਜੀ ਉਹਦੀ ਸੱਟ ਸਿਰ 'ਚ ਵੱਜੀ ਜ਼ਿਆਦਾ ਜੀ ਕਿੱਦਾਂ ਦੇ ਹਾਲਤ ਉਹਨਾਂ ਦੇ ਹੁਣ ਤਾਂ ਖਤਮ ਹੋ ਚੁੱਕੇ ਜੀ ਪੁਲਿਸ ਪਹੁੰਚੀ ਮੌਕੇ 'ਤੇ ਪੁਲਿਸ ਆ ਚੁੱਕੀ ਆ ਪੁਲਿਸ ਨੇ ਹੁਣ ਸਾਨੂੰ ਬੁਲਾਇਆ ਠਾਣੇ ਉਹ ਕਹਿੰਦੀ ਉੱਥੇ ਆਇਓ ਠਾਣੇ ਉੱਥੇ ਪਰਚਾ ਕਟਾਉਂਦੇ ਹਾਂ ਕੀ ਮੰਗ ਕੇ ਕਰੋਗੇ ਅਸੀਂ ਸਾਨੂੰ ਮੰਗ ਇਹ ਚਾਹੀ ਸਾਨੂੰ ਮੰਗ ਕੋਸ਼ਿਸ਼ ਚਾਹੀ ਸਾਨੂੰ ਇਨਸਾਫ ਚਾਹੀਦਾ ਮਨਪ੍ਰੀਤ ਸਿੰਘ ਜੀ ਕੋਈ ਲੜਾਈ ਝਗੜਾ ਹੋਇਆ ਕੀ ਸੀ ਪੂਰਾ ਮਾਮਲਾ ਉਹ ਬਸ ਇਹ ਹੀ ਆ ਕਿ ਪਲਾਟ ਪੁਲਟ ਦਾ ਰੌਲਾ ਸੀਗਾ ਉਹਨਾਂ ਨੂੰ ਇੱਕ ਦੋ ਵਾਰ ਪਹਿਲਾਂ ਕਹਿ ਕੇ ਆਏ ਹਾਂ ਕਿ ਇੱਥੇ ਮੱਝਾਂ ਨਾ ਬੰਨਿਆ ਕਰੋ ਅਗਲੇ ਦਾ ਪਲਾਟ ਆ ਡੈੱਡ ਹੋਈ ਜਾਂਦਾ ਗਾ ਅਤੇ ਉਹ ਕਹਿੰਦੇ ਚਲੋ ਹਟਾ ਲੈਂਦੇ ਹਾਂ ਫਿਰ ਥੋੜ੍ਹੇ ਕੁ ਦਿਨ ਬਾਅਦ ਗਏ ਹਾਂ ਮੈਂ ਦੱਸੀ ਜਾਂਦਾ ਵਾ ਅਤੇ ਉਹ ਕਹਿੰਦੇ ਹਾਕੀ ਨਾਲ ਕਹਿੰਦੇ ਹਟਾ ਲੈਂਦੇ ਹਾਂ ਫਿਰ ਦੁਬਾਰਾ ਗਏ ਉਹਨਾਂ ਨੂੰ ਫਿਰ ਧੱਕੂ ਮੁੱਕੀ ਹੋਏ ਇੱਕ ਦਿਨ ਅਤੇ ਉਹ ਕਹਿੰਦੇ ਫਿਰ ਉਹਨਾਂ ਨੇ ਫਿਰ ਉਵੇਂ ਕਰਤਾ ਪਰ ਅੱਜ ਇੱਕੋ ਦਮ ਜਾਣੇ ਕਿ ਉਹਨਾਂ ਵੇਖਿਆ ਗਾ ਕਿ ਇਕੱਲੇ ਆ ਇੱਕੋ ਦਮ ਜਦੋਂ ਆਪਣਾ 12-13 ਜਾਣੇ ਸੀਗੇ ਆ ਗਏ ਉਹ ਨਾਲ ਹੀ ਉਹਨਾਂ ਦਾ ਦੋ ਜਣੇ ਸੀਗੇ ਮੁੰਡੇ ਉਹ ਜਿਹੜੇ ਅੰਦਰ ਬੈਠੇ ਇੱਕ ਦੀ ਤਾਂ ਡੈਥ ਹੋ ਗਈ ਆ ਉਹਦੇ ਖੰਡੇ ਖੁੰਡੇ ਕਿਰਪਾ ਨਾਲ ਕਰੂ ਨਾਲ ਮਾਰਨ ਲੱਗ ਗਏ ਕਾਫੀ ਜਾਣੀ ਕਿ ਸੀਗੇ ਉਹਨਾਂ ਕੋਲ ਹਥਿਆਰ ਤੁਸੀਂ ਮੌਕੇ 'ਤੇ ਮੈਂ ਮੌਕੇ 'ਤੇ ਹੈ ਨਹੀਂ ਸੀਗਾ ਮੈਂ ਦੁਕਾਨ 'ਤੇ ਕੰਮ ਕਰੀ ਜਾਂਦਾ ਸੀਗਾ ਮਾੜਾ ਜਿਹਾ ਅਤੇ ਜਦੋਂ ਮੈਨੂੰ ਪਤਾ ਲੱਗਿਆ ਗਾ ਆਪਣਾ ਲੜੀ ਜਾਂਦੇ ਆ ਫਿਰ ਮੈਂ ਭੱਜ ਕੇ ਗਿਆ ਮੁੰਡਾ ਮੇਰੇ ਨਾਲ ਦਾ ਉਹ ਖੜਾ ਵਾ ਅਸੀਂ ਮੋੜ ਮਾਰ ਸਾਹਿਬ ਚੱਕੇ ਆਪਦਾ ਉਹਨਾਂ ਨੂੰ ਭਾਇਆ ਹੋਸਪਿਟਲ ਲੈ ਕੇ ਆਏ ਇੱਕ ਦੀ ਤਾਂ ਡੈਥ ਹੋ ਗਈ ਆ ਰੋਹਿਤ ਸ਼ਰਮਾ ਮੁੰਡਾ ਵਾ ਉਹਦੇ ਕਾਫੀ ਜਾਣੀ ਕਿ ਸਿਰ 'ਤੇ ਸੱਟ ਸੀਗੇ ਖੰਡਾ ਆਪਣਾ ਕਿਹਦੇ ਨਾਲ ਕਾਪੇ ਨਾਲ ਖਣੀ ਕਾਪਾ ਵੱਜਿਆ ਖਣੀ ਪਤਾ ਨਹੀਂ ਖੰਡਾ ਮਾਰਿਆ ਜੀ ਵਾਲੇ ਕੌਣ ਸੀ ਪਤਾ ਕੁਛ ਮਾਰਨ ਵਾਲੇ ਤਾਂ ਬਸ ਉਹ ਭਾਊ ਆ ਉਹੀ ਆ ਜੀ ਜੇ ਆਪਣਾ ਥਾਂ ਦਾ ਰੌਲਾ ਰੂਲਾ ਸੀਗਾ ਜਿਹੜਾ ਫਿਰ ਤੁਸੀਂ ਹਸਪਤਾਲ ਲੈ ਕੇ ਮੈਂ ਹੋਸਪਿਟਲ ਲੈ ਕੇ ਆਇਆ ਮੇਰੀ ਦੁਕਾਨ ਦੇ ਕੋਲ ਹੋਇਆ ਥੋੜ੍ਹਾ ਜਿਹਾ ਗਾਂਹ ਜਾ ਕੇ ਚਾਰ ਦੁਕਾਨਾਂ ਛੱਡ ਕੇ ਨਾਲ